इतने डंप बनेगा तो गंदी हवा आएगी, आसपास का रह गया, बीमार होंगे बुजुर्ग आदमी सब। हाँ जी, इतने डब नहीं बनना चाहिए, साढ़े बच्चों परेशानी होगी। कोल काली माता का मंदिर आ, कोल साढ़े डेरा है राज स्वामिया का, कोल मंदिर आ। असं ये आने भी असं पौधे ला दें, साढ़े बच्चे खेडणगे, आन के वधिया भविष्य बनूगा सब। जिमें कि तुम देखिए भी पर्यावरण के प्रेमी अपने घर के नेड़े रुख लगा रहे हैं, तो कूड़े रुख लगा रहे हैं, तो रुख लगाने तो बाद इतने कूड़े के डंप का भी विरोध कर रहे हैं। तो मैं प्रशासन को कहना चाहवागी कूड़े का डंप ना लगाया जाए। धन्यवाद। एक बाइट बोलें खालसा वाहेगुरू जी की फतेह। इतने जी कूड़े का डंप बना रहे ने, यह असी बीच भी करा सी जी विरोध, तो हुण पहला भी दो तीन बारी करता जी। अज असी हुण की किया जी, इतने दरख्त ला रहे हैं जी, बूटे ला रहे हैं, बहुत वधिया वधिया फ्रूट वाले भी लावांगे, सारे लावांगे जी इतने बूटे। ये जिहड़ी सरकार आ बिल्कुल नहीं मन रही जी, हुण फिर ये दुबारा डंप दा सानूं कह के गया जी, असीं आउणा जी सोमवार नूं। असीं की करना जी, ये हुण ऐतवार नूं साडा वड्डा धमाका होगा जी, इत्थे पूरे इलाके दी संगत, इत्थे 1500 बंदा इत्थे आ सदांगे, ते पूरा इहनां दा विरोध आ जी। असीं सारिआं नूं इहनां नूं चिट्ठियां दे भेजतीआं जी, MLA नूं भी असीं भेजती चिट्ठी जी, सारिआं नूं चिट्ठियां देतीआं जी। बाकी इह आ जी संगत दे नाल दीआं जी, असीं सारिआं नाल ही आ भी। जिहड़े इत्थे स्कूल ने फलैट स्कूल आ जी, इत्थे हुण बच्चे जीरो जीरो उम्र दे बच्चे आ जी, जिहड़े ओह इत्थे बच्चे आया जी, उहनां नूं देखो जी किन्ना किन्ना दा नुकसान होगा जी इत्थे कूड़े दा डंप बणदा जी। ये बिल्कुल आह नाल दीवार आ जी, जिथे इत्थे बच्चे आए आ जी जीरो एक दिन दे, उहनां दा इहनां ने इत्थे अंदर देखभाल आ जी। हुण देखो जी इत्थे किन्ना गंद सिट्टणगे, तो बच्चों पर की असर पऊगा। असीं हुण इत्थे बूटे अज्ज लाते जी, हुण बाकी असीं 5-6 दिन अज्ज असीं 400-500 बूटा इत्थे असीं ला देना वा, ते बाकी असीं ऐतवार नूं पूरा विरोध करांगे जी। इत्थे पूरे साढ़े 1500 बंदा इत्थे आऊगा, ते उहदा पूरा डट के बड़ा विरोध करांगे जी। जे ना मन्ने तां फिर असीं स्टे लियावांगे जी हाई कोर्ट तों। ਜਿਹੜੀ ਤੁਸੀਂ ਕਹਿ ਰਹੇ ਹੋ ਸਟੇ, ਤਾਂ ਤੁਸੀਂ ਪਹਿਲਾਂ 2-15 ਦਿਨ ਪਹਿਲਾਂ ਵੀ ਤੁਸੀਂ ਇੱਥੇ ਧਰਨਾ ਦਿੱਤਾ ਸੀ, ਉੱਥੇ ਉਦੋਂ ਵੀ ਤੁਸੀਂ ਬੋਲੇ ਸਟੇ ਲਾਵਾਂਗੇ, ਤੁਸੀਂ ਉਸ ਟਾਈਮ ਕਿਉਂ ਨਹੀਂ ਗਏ? ਸਟੇ ਅਸੀਂ ਅਜੇ ਨਹੀਂ ਲੈ ਰਹੇ, ਅਸੀਂ ਕਹਿੰਦੇ ਵੀ ਜੇ ਸਰਕਾਰ ਮੰਨ ਜਾਵੇ ਤਾਂ ਫਿਰ ਸਰਕਾਰ ਤੋਂ ਮਿਲ ਜਾਵੇ ਸਾਨੂੰ ਜਗ੍ਹਾ, ਤਾਂ ਉਹ ਠੀਕ ਆ ਵੀ ਅਸੀਂ ਬੂਟੇ ਲਾ ਦਈਏ। ਸਟੇ ਵਾਲੇ ਪਾਸੇ ਅਸੀਂ ਕਿਉਂ ਕੇਸ ਲੜੀਏ? ਜੇ ਨਾ ਮੰਨਣਗੇ ਫਿਰ ਅਸੀਂ ਸਟੇ ਤਾਂ ਲਵਾਂਗੇ, ਸਾਡੇ ਕੋਲ ਹੈਗਾ ਪੁਆਇੰਟ। ਉਹ ਤਾਂ ਤੁਹਾਡੇ ਹਿਸਾਬ ਨਾਲ ਇਹ ਕੂੜੇ ਦਾ ਡੰਪ ਕਿੱਥੇ ਹੋਣਾ ਚਾਹੀਦਾ, ਕਿਉਂਕਿ ਕਿਤੇ ਤਾਂ ਲਗਾਉਣਾ ਪਏਗਾ ਪ੍ਰਸ਼ਾਸਨ ਨੂੰ ਕੂੜੇ ਦਾ ਡੰਪ? ਇਹ ਕੂੜੇ ਦਾ ਡੰਪ ਜੀ ਸਾਡੇ ਕੋਲੋਂ ਪੈਸੇ ਲੈ ਕੇ ਜਾਂਦੇ ਆ, ਇਹ ਟੈਕਸ ਲਾਉਂਦੇ ਆ, ਹਰ ਘਰ ਦੇ ਵਿੱਚੋਂ 100 ਰੁਪਈਆ ਲੈ ਕੇ ਜਾ ਰਹੇ ਆ, ਅਤੇ ਉਹ ਜਿੱਥੇ ਮਰਜ਼ੀ ਲਾਉਣ, ਇਹਨਾਂ ਨੇ ਦੇਖਣਾ ਕਿ ਅਸੀਂ ਦੇਖਾਂਗੇ ਜੀ? ਪਬਲਿਕ ਥੋੜ੍ਹੇ ਦੇਖੂਗੀ ਜੀ ਡੰਪ ਕਿੱਥੇ ਲਾਓ। ਅਸੀਂ ਕਹਿ ਦਈ ਜੀ ਇਹਨਾਂ ਦੇ ਘਰ ਕੋਲ ਲਾ ਦਿਓ, ਇਹ ਆਪਣੇ ਘਰ ਕੋਲ ਲਵਾ ਲੈਣ, ਇਹ ਕੀ ਗੱਲ, ਉਹਨਾਂ ਦੇ ਇਹਨਾਂ ਦੇ ਬੱਚੇ ਨਹੀਂ ਹੈਗੇ, ਆਪਦੇ ਬੱਚੇ ਤਾਂ ਅਮਰੀਕਾ ਕੈਨੇਡਾ 'ਚ ਭੇਜੀ ਜਾਂਦੇ ਆ, ਅਤੇ ਸਾਡੇ ਬੱਚੇ ਜਿਹੜੇ ਇੱਥੇ ਰੁਲਦੇ ਆ ਉਹਨਾਂ ਨੂੰ ਇਹ ਦੁਖੀ ਕਰਦੇ ਆ। ਇਹ ਡੰਪ ਬਣਾਉਣ ਲੱਗੇ ਕਿਉਂ ਬਣਾਉਂਦੇ ਆ? ਅਤੇ ਬਾਹਰ ਬਣਾ ਲੈਣ। ਤੁਹਾਡੀ ਅੱਗੇ ਦੀ ਕੀ ਪਲੈਨਿੰਗ ਆ, ਜਿਵੇਂ ਤੁਸੀਂ ਰੁੱਖ ਲਗਾ ਰਹੇ ਹੋ, ਰੁੱਖਾਂ ਤੋਂ ਬਾਅਦ ਤੁਸੀਂ ਕਿਵੇਂ ਕਰੋਗੇ, ਕਿਵੇਂ ਇਸ ਨੂੰ ਕੰਟਰੋਲ ਕਰੋਗੇ, ਪ੍ਰਸ਼ਾਸਨ ਨੂੰ ਕਿਵੇਂ ਰੋਕੋਗੇ? ਅਸੀਂ ਰੁੱਖ ਲਾ ਰਹੇ ਜੀ, ਐਤਵਾਰ ਨੂੰ ਅਸੀਂ ਪੂਰਾ ਇੱਥੇ ਕਰਾਂਗੇ ਜੋਸ਼ ਨਾਲ, ਅਤੇ ਐਤਵਾਰ ਨੂੰ ਜਿਵੇਂ ਫਿਰ ਅੱਗੇ ਦਾ ਸਾਡਾ ਪਲੈਨ ਹੋਊਗਾ ਅਸੀਂ ਐਤਵਾਰ ਨੂੰ ਬਾਅਦ 'ਚ ਕਰਾਂਗੇ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮਾਤਾ ਜੀ? ਤੁਸੀਂ ਕੀ ਕਹਿਣਾ ਚਾਹੋਗੇ? ਇੱਥੋਂ ਚੁੱਕਣਾ ਚਾਹੀਦਾ, ਬੱਚੇ ਖੇਲਣਗੇ, ਪੇੜ ਪੌਦੇ ਲਗਾ ਦਿੱਤੇ ਆ, ਅੱਛੀ ਹਵਾ ਆਏਗੀ, ਕੂੜਾ ਇੱਥੇ ਡੰਪ ਬਣੇਗਾ ਤਾਂ ਗੰਦੀ ਹਵਾ ਆਏਗੀ, ਆਸ ਪਾਸ ਘਰ ਰਹਿ ਗਏ ਆ, ਬਿਮਾਰ ਹੋਣਗੇ ਬਜ਼ੁਰਗ ਆਦਮੀ ਸਭ। ਹਾਂਜੀ, ਇੱਥੇ ਡੱਬ ਨਹੀਂ ਬਣਨਾ ਚਾਹੀਦਾ, ਕਿ ਸਾਡੇ ਬੱਚਿਆਂ ਨੂੰ ਪਰੇਸ਼ਾਨੀ ਹੋਊਗੀ। ਕੋਲ ਕਾਲੀ ਮਾਤਾ ਦਾ ਮੰਦਿਰ ਆ, ਕੋਲ ਸਾਡੇ ਡੇਰਾ ਹੈ ਰਾਜ ਸਵਾਮੀਆਂ ਦਾ, ਕੋਲ ਮੰਦਿਰ ਆ। ਅਸੀਂ ਇਹ ਆਉਂਦੇ ਹਾਂ ਵੀ ਅਸੀਂ ਪੌਦੇ ਲਾ ਦਿੰਦੇ, ਸਾਡੇ ਬੱਚੇ ਖੇਡਣਗੇ, ਆਣ ਕੇ ਵਧੀਆ ਭਵਿੱਖ ਬਣੂਗਾ ਸਭ ਦਾ। ਜਿਵੇਂ ਕਿ ਤੁਸੀਂ ਦੇਖਿਆ ਵੀ ਪਰਿਆਵਰਨ ਦੇ ਪ੍ਰੇਮੀ ਆਪਣੇ ਘਰਾਂ ਦੇ ਨੇੜੇ ਰੁੱਖ ਲਗਾ ਰਹੇ ਹਨ, ਅਤੇ ਕੂੜੇ ਰੁੱਖ ਲਗਾ ਰਹੇ ਹਨ, ਅਤੇ ਰੁੱਖ ਲਗਾਉਣ ਤੋਂ ਬਾਅਦ ਇੱਥੇ ਕੂੜੇ ਦੇ ਡੰਪ ਦਾ ਵੀ ਵਿਰੋਧ ਕਰ ਰਹੇ ਨੇ, ਅਤੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਾਂਗੀ ਕੂੜੇ ਦਾ ਡੰਪ ਨਾ ਲਗਾਇਆ ਜਾਵੇ। ਧੰਨਵਾਦ। ਇੱਕ ਵਾਈਟ ਹੋਲ ਲੈਣੀ। ਰੋਕਦੇ ਨਹੀਂ ਜੀ।